ਤਨਾਸਰੀ ਮਹਿਲਾ ਪੰਜਵਾਂ ਬੰਧਨ ਤੇ ਛੁਟਕਾਵੇ ਪ੍ਰਭੂ ਮਿਲਾਵੇ ਹਰ ਹਰ ਨਾਮ ਸੁਣਾਵੇ ਅਸਿਰ ਕਰੇ ਨਿਚਲ ਏ ਮਨੁਆ ਬੋਹਰ ਨ ਕਤਹੂੰ ਧਾਵੇ ਹੈ ਕੋ ਐਸੋ ਹਮਰਾ ਮੀਤ ਸਗਲ ਸਮੱਗਰੀ ਜਿਓ ਹਿਉ ਦਿਉ ਅਰਪੋ ਆਪਣੋ ਚੀਤ ਰਹਾਉ ਪਰ ਧਨ ਪਰ ਤਨ ਪਰ ਕੀ ਨਿੰਦਾ ਇਨ ਸਿਉ ਪ੍ਰੀਤ ਨ ਲਾਗੈ ਸੰਤਾਂ ਸੰਗ ਸੰਤ ਸੰਭਖਣ ਹਰ ਕੀਰਤਨ ਮਨ ਜਾਗੈ ਗੁਣ ਨਿਧਾਨ ਦਇਆਲ ਪੁਰਖ ਪ੍ਰਭ ਸਰਬ ਸੁਖ ਦਇਆਲਾ ਮੰਗੈ ਦਾਨ ਨਾਮ ਤੇਰੋ ਨਾਨਕ ਜਿਉਂ ਮਾਤਾ ਬਾਲ ਗੋਪਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਮਾਜੀ ਸਾਧ ਸੰਗਤ ਜੀਓ ਇਹ ਪਾਵਨ ਸ਼ਬਦ ਜਿਸ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅੰਦਰ ਇਸ ਦੀ ਆਰੰਭਤਾ ਤੋਂ ਪਹਿਲਾਂ ਧਨਾਸਰੀ ਮਹਿਲਾ ਪੰਜਵਾਂ ਕਈ ਸਰੂਪਾਂ ਵਿੱਚ ਅੰਕਿਤ ਨਹੀਂ ਹੈਗਾ ਪਰ ਇਹ ਸ਼ਬਦ ਦਾ ਜੋੜ ਜਿਹੜਾ ਉਹ 14 ਹੀ ਹੈ ਇਸ ਲਈ ਇਹਦੇ ਵਿੱਚ ਕੋਈ ਸ਼ੰਕੇ ਵਾਲੀ ਗੱਲ ਨਹੀਂ ਸ਼ਬਦ ਤਾਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਹੀ ਹਨ ਕਿਉਂਕਿ ਪਹਿਲਾ ਸ਼ਬਦ ਵੀ ਗੁਰੂ ਅਰਜਨ ਦੇਵ ਜੀ ਦਾ ਔਰ ਇਸ ਸ਼ਬਦ ਤੋਂ ਅਗਲਾ ਵੀ ਗੁਰੂ ਅਰਜਨ ਦੇਵ ਜੀ ਨੂੰ ਤੋ ਇਹ ਨਹੀਂ ਕਹਿ ਸਕਦੇ ਕਿ ਇਹ ਲਿਖਣ ਵਿੱਚ ਕਿਵੇਂ ਰਹਿ ਗਿਆ ਪਰ ਜੇ ਇਹਨੂੰ ਪੜ੍ਹ ਵੀ ਲਿਆ ਜਾਏ ਤਾਂ ਕੋਈ ਦੋਸ਼ ਨਹੀਂ ਕਿਉਂਕਿ ਚੱਲ ਤਾਂ ਧਨਾਸਰੀ ਰਾਗ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸ਼ਬਦ ਹੀ ਹਨ ਹਾਂ ਸ਼ਬਦ ਦੇ ਅੰਦਰ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਜੋ ਰਹਾਉ ਦੀ ਪੰਗਤੀ ਵਿੱਚ ਵਰਣਨ ਕੀਤਾ ਹੈ ਉਹ ਧਿਆਨ ਗੋਚਰੇ ਹੈ ਹੈ ਕੋ ਐਸੋ ਹਮਰਾ ਮੀਤ ਕੋਈ ਇਹੋ ਜਿਹਾ ਮਿੱਤਰ ਮੇਰਾ ਹੋਵੇ ਸਗਲ ਸਮੱਗਰੀ ਜਿਓ ਹਿਉਂ ਦਿਉ ਜਿਸ ਦੇ ਅੱਗੇ ਮੈਂ ਆਪਣੀ ਸਾਰੀ ਸੰਪਤੀ ਪ੍ਰੋਪਰਟੀ ਵੀ ਅਰਪਣ ਕਰ ਦੇਵਾਂ ਜਿਓ ਜਿੰਦ ਵੀ ਦੇ ਦੇਵਾਂ ਹਿਓ ਹਿਰਦਾ ਵੀ ਦੇ ਦੇਵਾਂ ਅਰਪੋ ਆਪਣੋ ਚੀਤ ਮੈਂ ਆਪਣਾ ਚਿੱਤ ਵੀ ਅਰਪਣ ਕਰ ਦੇਵਾਂ ਸਾਧ ਸੰਗਤ ਇਹੋ ਚੀਜ਼ਾਂ ਹਨ
ਜਿਨ੍ਹਾਂ ਦੀ ਪਕੜ ਵਿੱਚ ਅਸੀਂ ਸਾਰੇ ਫਸੇ ਹੋਏ। ਪਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਐਸੇ ਮਿੱਤਰ ਦੀ ਗੱਲ ਕਰ ਰਹੇ ਹਨ ਜਿਸ ਮਿੱਤਰ ਨੂੰ ਮੈਂ ਇਹ ਸਭ ਕੁਝ ਅਰਪਣ ਕਰਦਾ। ਕਿਉਂ ਕਰਦਾ? ਮੈਨੂੰ ਉਸ ਮਿੱਤਰ ਕੋਲੋਂ ਕੀ ਆਸ ਹੈ? ਕਈ ਹੋਰ ਜਗ੍ਹਾ ਵੀ ਪਾਤਸ਼ਾਹ ਨੇ ਕਿਹਾ, ਕੋਈ ਜਨ ਹਰ ਸਿਉਂ ਦੇਵੈ ਜੋਰ, ਚਰਨ ਗਹੋਂ ਬਕੋਂ ਸ਼ੁਭ ਰਸਨਾ, ਦੀਜੈ ਪ੍ਰਾਨ ਅਕੋਰ। ਤੋ ਇਹ ਗੱਲ ਬੜੀ ਸਮਝਣ ਵਾਲੀ ਅਤੇ ਸੂਖਸ਼ਮ ਹੈ। ਮਿੱਤਰ ਕਈ ਤਰ੍ਹਾਂ ਦੇ ਹਨ। ਦੁਨੀਆ ਵਿੱਚ ਮਿੱਤਰਾਂ ਦੀ ਲਿਸਟ ਤਾਂ ਬਹੁਤ ਲੰਬੀ, ਪਰ ਬਹੁਤੇ ਮਿੱਤਰ ਆਪਣੇ ਸਵਾਰਥ ਵਾਲੇ ਹਨ। ਉਹ ਸੁੱਖ ਦੇ ਸਾਥੀ ਹਨ, ਦੁੱਖ ਦੇ ਸਾਥੀ ਨੇ। ਉਹ ਖਾਣ ਪੀਣ ਦੇ ਯਾਰ ਹਨ, ਚੰਗੀ ਮੱਤ ਦੇਣ ਵਾਲੇ ਨਹੀਂ। ਗੁਰੂ ਅਰਜਨ ਦੇਵ ਪਾਤਸ਼ਾਹ ਤਾਂ ਉਸ ਸਤਿਗੁਰੂ ਮਿੱਤਰ ਦੀ ਗੱਲ ਕਰ ਰਹੇ ਨੇ। ਹੈ ਕੋ ਐਸੋ ਹਮਰਾ ਮੀਤ, ਸਗਲ ਸਮੱਗਰੀ ਜੀਓ ਹੀਓ ਦਿਓ, ਅਰਪੋ ਆਪਣੋ ਜੀਤ। ਕੋਈ ਇਹੋ ਜਿਹਾ ਮਿੱਤਰ ਹੈ ਜਿਸ ਦੇ ਅੱਗੇ ਮੈਂ ਆਪਣਾ ਸਭ ਕੁਝ ਨਿਛਾਵਰ ਕਰ? ਕਿਉਂਕਿ ਬਾਣੀ ਗੁਰੂ ਦਾ ਸਿਧਾਂਤ ਹੈ, ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਐ, ਹੁਕਮ ਮੰਨਿਆ ਹੋਵੇ ਪ੍ਰਵਾਨ, ਤਾਂ ਖਸਮੇ ਕਾ ਮਹਿਲ ਪਾਏ ਸੀ। ਤੋ ਇਹ ਗੁਰੂ ਮਿੱਤਰ ਵੱਲ ਇਸ਼ਾਰਾ ਹੈ। ਕੋਈ ਇਹੋ ਜਿਹਾ ਮਿੱਤਰ ਮਿਲੇ ਜਿਸ ਮਿੱਤਰ ਨੂੰ ਮੈਂ ਆਪਣਾ ਸਭ ਕੁਝ ਨਿਛਾਵਰ ਕਰ ਦੇ, ਪਰ ਮੈਨੂੰ ਚਾਹੀਦਾ ਕੀ? ਬੰਧਨ ਤੇ ਛੁਟਕਾਵੇ, ਪ੍ਰਭੂ ਮਿਲਾਵੇ, ਹਰ ਹਰ ਨਾਮ ਸੁਣਾਵੇ। ਮੈਂ ਉਸ ਮਿੱਤਰ ਕੋਲੋਂ ਕੀ ਆਸ ਕਰਦਾ? ਉਹ ਮੈਨੂੰ ਐਸਾ ਉਪਦੇਸ਼ ਦੇਵੇ, ਐਸੀ ਸਿੱਖਿਆ ਦੇਵੇ, ਜਿਸ ਉਪਦੇਸ਼ ਅਤੇ ਸਿੱਖਿਆ ਨੂੰ ਸੁਣਨ ਮੰਨਣ ਦੇ ਨਾਲ ਬੰਧਨ ਤੇ ਛੁਟਕਾਵੇ। ਧਿਆਨ ਮਾਰੋ, ਅਸੀਂ ਕਿਹੜੇ ਬੰਧਨਾਂ ਵਿੱਚ ਫਸੇ ਹੋਏ? ਉਹ ਬੰਧਨ ਸਾਨੂੰ ਪਰਮਾਤਮਾ ਵਾਲੇ ਪਾਸੇ ਨਹੀਂ ਆਉਂਦੇ। ਅੱਜ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਸਮਝਾਇਆ, ਪਾਦਿਓ ਏ ਭਰਮ ਪੁਰਾਣੀਆਂ, ਦੂਜੇ ਲੱਗਾ ਹੇਤ। ਜਿਸ ਭਰਮ ਦਾ ਸ਼ਿਕਾਰ ਹੋ ਕੇ ਅਸੀਂ ਜੀਵ ਇਸਤਰੀਆਂ ਪਰਮਾਤਮਾ ਦਾ ਪੱਲਾ ਛੱਡ ਕੇ ਦੂਜੇ ਪਾਸੇ ਪਿਆਰ ਪਾ ਲਏ, ਤੋ ਇਹ ਇੱਛਾ ਜਗਿਆਸਾ ਮੇਰੇ ਅੰਦਰ ਤੁਹਾਡੇ ਅੰਦਰ ਹੋਣੀ ਬਹੁਤ ਜ਼ਰੂਰੀ, ਕਿਉਂਕਿ ਇਹਨਾਂ ਸੰਬੰਧਾਂ ਨੇ ਸਾਨੂੰ ਪਰਮਾਤਮਾ ਤੋਂ ਤੋੜ ਦਿੱਤਾ। ਪਾਦਿਓ ਏ ਭਰਮ ਪੁਰਾਣੀਆਂ, ਦੂਜੇ ਲੱਗਾ ਹੇਤ।
ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀਂ ਕੇਤ। ਜਿਤ ਦਿਨ ਦੇ ਬਿਨ ਸਿੱਸੀ ਤਿਤ ਵੇਲੇ ਕੈਸਨ ਪ੍ਰੇਤ। ਪਕੜ ਚਲਾਇਨ ਦੂਤ ਜਮ ਕਿਸੇ ਨ ਦੇਨੀ ਭੇਤ। ਛੱਡ ਖੜੋ ਤੇ ਖਿਨੈ ਮਾਏ ਜਿਨ ਸਿਉਂ ਲੱਗਾ ਹੇਤ। ਹੱਥ ਮਰੋੜੇ ਤਨ ਕਪੇ ਸਿਉ ਹੋਆ ਸੇਤ। ਜਿਹਾ ਬੀਜੇ ਸੋ ਲੁਣੇ ਕਰਮਾ ਸੰਧੜਾ ਖੇਤ। ਨਾਨਕ ਪ੍ਰਭ ਸ਼ਰਨਾਗਤੀ ਚਰਨ ਬੋਇਤ ਪ੍ਰਭ ਦੇਤ। ਸੇ ਭਾਦਿਓ ਨਰਕ ਨ ਪਾਈਐ ਗੁਰ ਰੱਖਣ ਵਾਲਾ ਹੇਤ। ਹੈ ਕੋ ਐਸੋ ਹਮਰਾ ਮੀਤ ਸਗਲ ਸਮੱਗਰੀ ਜਿਉ ਹਿਉ ਦਿਉ ਅਰਪੋ ਆਪਣੋ ਚੀਤ। ਦੇਖੋ ਸੰਗਤ ਚੰਗੀ ਵੀ ਹੈ ਅਤੇ ਮਾੜੀ ਵੀ। ਪਾਤਸ਼ਾਹ ਨੇ ਸਾਨੂੰ ਸਿੱਖਿਆ ਦਿੱਤੀ ਉਤਮ ਸੰਗਤ ਉਤਮ ਹੋਵੇ। ਗੁਣ ਕੋ ਧਾਵੇ ਅਵਗੁਣ ਧੋਵੇ। ਚੰਗੀ ਸੰਗਤ ਵਿੱਚ ਬੈਠੋਗੇ ਚੰਗੇ ਵਿਚਾਰ ਹੋ ਜਾਣਗੇ। ਤੁਸੀਂ ਗੁਣਾਂ ਲਈ ਯਤਨਸ਼ੀਲ ਹੋ ਜਾਓਗੇ। ਔਗੁਣਾਂ ਨੂੰ ਆਪਣੇ ਅੰਦਰੋਂ ਕੱਢੋਗੇ। ਤੋ ਇਸ ਪਾਵਨ ਸ਼ਬਦ ਦੀ ਰਹਾਉ ਦੀ ਪੰਗਤੀ ਵਿੱਚ ਮਹਾਰਾਜ ਆਪ ਇਹ ਜਗਿਆਸਾ ਇਹ ਇੱਛਾ ਪ੍ਰਗਟ ਕਰਦੇ ਔਰ ਸਾਨੂੰ ਪ੍ਰੇਰਨਾ ਕਰਦੇ। ਹੈ ਕੋ ਐਸੋ ਹਮਰਾ ਮੀਤ ਸਗਲ ਸਮੱਗਰੀ ਜਿਉ ਹਿਉ ਦਿਉ ਅਰਪੋ ਆਪਣੋ ਚੀਤ। ਮੈਂ ਉਸ ਮਿੱਤਰ ਤੋਂ ਕੀ ਚਾਹੁੰਦਾ। ਬੰਧਨ ਤੇ ਛੁਟਕਾਵੇ ਪ੍ਰਭੂ ਮਿਲਾਵੇ ਹਰ ਹਰ ਨਾਮ ਸੁਣਾਵੇ। ਇਹਨਾਂ ਭੈੜੇ ਵਿਚਾਰਾਂ ਦੇ ਇਹਨਾਂ ਵਿਕਾਰਾਂ ਦੇ ਇਹਨਾਂ ਝੂਠੇ ਰਿਸ਼ਤਿਆਂ ਦੇ ਬੰਧਨਾਂ ਤੋਂ ਮੈਨੂੰ ਛੁਡਾ ਦੇ। ਮੇਰਾ ਪ੍ਰਭੂ ਨਾਲ ਮੇਲ ਕਰਾ ਦੇ ਅਤੇ ਮੈਨੂੰ ਹਰ ਹਰ ਨਾਮ ਸੁਣਾਵੇ। ਬੜੀ ਸਪਸ਼ਟ ਗੱਲ ਹੈ। ਇਹ ਤਿੰਨੇ ਮੁਸ਼ਕਲਾਂ ਮੇਰੀਆਂ ਤੁਹਾਡੀਆਂ ਹਰ ਪ੍ਰਾਣੀ ਦੀਆਂ ਹਨ ਕਿ ਅਸੀਂ ਬੰਧਨਾਂ ਵਿੱਚ ਝਟਕੇ ਹੋਏ ਪ੍ਰਭੂ ਤੋਂ ਵਿਛੜੇ ਹੋਏ ਹਾਂ। ਹੋਰ ਹੋਰ ਗੰਦੀਆਂ ਗੱਲਾਂ ਸੁਣਦੇ ਹਾਂ ਪਰਮਾਤਮਾ ਦਾ ਨਾਮ ਨਹੀਂ ਸੁਣ। ਘਰ ਜਾਓ ਬਾਹਰ ਜਾਓ ਟੀਵੀ ਲੱਗੇ ਹੋਏ ਨੇ ਗੰਦੇ ਗੀਤ ਗੰਦੇ ਗਾਣੇ ਚੱਲ ਰਹੇ। ਤੋ ਪਾਤਸ਼ਾਹ ਸਾਨੂੰ ਜੀਵਨ ਸੇਧ ਦਿੰਦੇ ਨੇ। ਸਾਡੀ ਮਨੁੱਖਾ ਜੀਵਨ ਦੀ ਸਫਲਤਾ ਇਹਨਾਂ ਚੀਜ਼ਾਂ ਤੋਂ ਬਚਣ ਕਰਕੇ ਪਰਮਾਤਮਾ ਨਾਲ ਲੱਗਣ ਕਰਕੇ ਹੋ ਸਕਦੀ। ਕਿਉਂਕਿ ਪਾਤਸ਼ਾਹ ਨੇ ਜਗ੍ਹਾ ਜਗ੍ਹਾ ਸਮਝਾਇਆ ਇਹ ਮਨੁੱਖਾ ਜਨਮ ਬੜਾ ਕੀਮਤੀ ਹੈ। 84 ਲੱਖ ਬ੍ਰਹਮ ਤੇ ਆ ਦੁਰਲੱਭ ਜਨਮ ਪਾਇਓ। ਰੇ ਮੂੜੇ ਤੂੰ ਹੋਛੇ ਰਸ ਲਪਟਾਇਓ। ਜਦੋਂ ਅਸੀਂ ਗੁਰੂ ਦੀ ਸੰਗਤ ਵਿੱਚ ਆਵਾਂਗੇ ਸਾਨੂੰ ਸਮਝ ਆਵੇ
ਕਿ ਕਿਹੜੀਆਂ ਚੀਜ਼ਾਂ ਸਾਡਾ ਨੁਕਸਾਨ ਕਰ ਰਹੀਆਂ, ਕਿਹੜੇ ਸੰਬੰਧ ਸਾਨੂੰ ਗਲਤ ਪਾਸੇ ਲਿਜਾ ਰਹੇ ਅਤੇ ਕਿਹੜੇ ਪਾਸੇ ਅਸੀਂ ਆਪਣਾ ਜੀਵਨ ਸਫਲ ਕਰ। ਇਸ ਲਈ ਗੁਰੂ ਅਰਜਨ ਦੇ ਪਾਤਸ਼ਾਹ ਫਰਮਾਨ ਹੈ, ਕੋ ਐਸੋ ਹਮਰਾ ਮੀਤ ਸਗਲ ਸਮੱਗਰੀ ਜਿਉ ਹਿਉ ਦਿਓ ਅਰਪੋ ਆਪਣੋ ਚੀਤ। ਪਰ ਮੇਰੀ ਮੰਗ ਕੀ ਹੈ, ਮੇਰੀ ਲੋੜ ਕੀ ਹੈ, ਮੇਰੀ ਜਗਿਆਸਾ ਕੀ ਹੈ? ਬੰਧਨ ਤੇ ਛੁਟਕਾਵੇ ਪ੍ਰਭੂ ਮਿਲਾਵੇ ਹਰ ਹਰ ਨਾਮ ਸੁਣਾਵੇ, ਮੈਨੂੰ ਬੰਧਨਾਂ ਤੋਂ ਛੁਡਾ ਦੇਵੇ। ਸਾਧ ਸੰਗਤ, ਬੰਧਨਾਂ ਤੋਂ ਕਿਵੇਂ ਛੁੱਟਿਆ ਜਾ ਸਕਦਾ? ਜਦੋਂ ਗੁਰੂ ਦੀ ਮੱਤ ਸੁਣਾਂਗੇ, ਭਾਈ ਇਹ ਰਸਤਾ ਤੇਰੇ ਲਈ ਨੁਕਸਾਨਦੇਹ, ਇਹ ਰਸਤਾ ਤੇਰੇ ਲਈ ਫਾਇਦੇਮੰਦ, ਇਹ ਗੁਰੂ ਦੱਸੇਗਾ। ਇਸ ਲਈ ਸਾਨੂੰ ਵਾਰ ਵਾਰ ਗੁਰੂ ਦੀ ਸੰਗਤ ਵਿੱਚ ਆਉਣ ਲਈ, ਗੁਰੂ ਕੀ ਬਾਣੀ ਪੜ੍ਹਨ ਸੁਣਨ ਅਤੇ ਵਿਚਾਰਨ ਲਈ ਪ੍ਰੇਰਿਆ ਜਾਂਦਾ। ਬੰਧਨ ਤੇ ਛੁਟਕਾਵੇ ਪ੍ਰਭੂ ਮਿਲਾਵੇ, ਸਾਡਾ ਮੇਲ ਪ੍ਰਭੂ ਨਾਲ ਕਰਵਾ ਦੇ। ਹਰ ਹਰ ਨਾਮ ਸੁਣਾਵੇ, ਦਾਸ ਨੇ ਆਪਣੇ 'ਤੇ ਵੀ ਟੁਕਾ ਕੇ ਦੇਖਿਆ ਅਤੇ ਆਮ ਲੋਕਾਂ ਨੂੰ ਵੀ ਦੇਖੀਦਾ, ਜੈਸੀ ਸੰਗਤ ਵੈਸੀ ਰੰਗਤ। ਜਿਹੋ ਜਿਹੀ ਅਸੀਂ ਸੁਸਾਇਟੀ ਵਿੱਚ ਬੈਠਦੇ ਹਾਂ, ਉਹੋ ਜਿਹੇ ਸਾਡੇ 'ਤੇ ਪ੍ਰਭਾਵ ਪੈਂਦਾ। ਤੋ ਗੁਰੂ ਪਾਤਸ਼ਾਹ ਕਹਿੰਦੇ ਨੇ ਹਰ ਪ੍ਰਾਣੀ ਦੇ ਅੰਦਰ ਇਹ ਭੁੱਖ ਹੋਣੀ ਚਾਹੀਦੀ। ਅਸਥਿਰ ਕਰੇ ਨਿਚਲ ਇਹ ਮਨੁਆ ਬੋਹਰ ਨ ਕਤੂੰ ਦਹਾਵੇ, ਇਹ ਮੇਰਾ ਮਨ ਜਿਹੜਾ ਬਹੁਤ ਚੰਚਲ ਹੈ। ਕਬਹੂੰ ਜੀੜਾ ਊਬ ਚੜ੍ਹਦਾ ਹੈ ਕਬਹੂੰ ਜਾਏ ਪਿਆਲੇ, ਲੋਭੀ ਜੀੜਾ ਥਿਰ ਨ ਰਹਿਤ ਹੈ ਚਾਰੇ ਕੁੰਡਾਂ ਪਾਲੇ। ਅਸਥਿਰ ਕਰੇ, ਇੱਥੇ ਅਸਥਿਰ ਦਾ ਮਤਲਬ ਹੈ ਸਥਿਤ ਕਰ ਦੇਵੇ, ਟਿਕਾ ਦੇਵੇ। ਨੇਚਰ ਇਹ ਮਨ ਚਲਾਏ ਮਨ ਹੋਣ ਤੋਂ ਰੁਕ ਜਾਏ। ਅਸਥਿਰ ਕਰੇ ਨੇਚਰ ਇਹ ਮਨੁਆ ਬੋਹਰ ਨ ਕਤੂੰ ਹੁੰਦਾਵੇ, ਫਿਰ ਇਹ ਮਨ ਕਿਸੇ ਹੋਰ ਪਾਸੇ ਨਾ ਦੌੜੇ। ਸਾਧ ਸੰਗਤ, ਇਹ ਸਮੱਸਿਆ ਹਰ ਪ੍ਰਾਣੀ ਮਾਤਰ ਦੀ, ਇਸ ਨੂੰ ਹੱਲ ਕੌਣ ਕਰ ਸਕਦਾ? ਗੁਰੂ ਮਿੱਤਰ ਹੀ ਕਰ ਸਕਦਾ। ਇਸ ਲਈ ਬਾਣੀ ਜਗ੍ਹਾ ਜਗ੍ਹਾ ਲਿਖੀ, ਮਨ ਬੇਚੈ ਸਤਿਗੁਰੂ ਕੇ ਪਾਸ ਅਤੇ ਸੇਵਕ ਕੇ ਕਾਰਜ ਰਾਸ, ਸੇਵਾ ਕਰਤ ਹੋਏ ਨੇ ਕਾਮੀ ਜਿਸ ਕੋ ਹੋਤ ਪ੍ਰਾਪਤ ਸੁਆਮੀ। ਇਹ ਕੰਮ ਗੁਰੂ ਤੋਂ ਬਿਨਾਂ ਹੋਰ ਕੋਈ ਨਹੀਂ ਕਰ ਸਕਦਾ। ਹੋਰ ਕੀ ਮੁਸ਼ਕਲਾਂ ਧਿਆਨ ਦੇਣਾ, ਇਹ ਪਹਿਲਾਂ ਮੁਸ਼ਕਲਾਂ ਦੀ ਲਿਸਟ ਬਿਆਨ ਕੀਤੀ ਹੈ। ਪਰ ਧਨ ਪਰ ਤਨ ਪਰ ਕੀ ਨਿੰਦਾ
ਇਨਸੋਂ ਪ੍ਰੀਤ ਨਾ ਲੱਗੇ। ਲਓ ਇਹ ਚੀਜ਼ਾਂ ਹਨ ਜਿਹੜੀਆਂ ਸਾਡੇ ਮਨ ਨੂੰ ਪਰਮਾਤਮਾ ਵਾਲੇ ਪਾਸੋਂ ਹਟਾ ਕੇ ਗਲਤ ਪਾਸੇ ਲਾਉਂਦੀਆਂ। ਪਰ ਧਨ ਅਖਰੀ ਅਰਥ ਕੋਈ ਔਖੇ ਨਹੀਂ। ਦੂਜਿਆਂ ਦਾ ਧਨ, ਦੂਜਿਆਂ ਦਾ ਧਨ, ਇਹਦੇ ਵੱਲ ਸਾਡੀ ਰੁਚੀ ਬਹੁਤ ਜ਼ਿਆਦਾ। ਫਲਾਣੇ ਦੀ ਕਿੰਨੀ ਜਾਇਦਾਦ ਹੈ, ਫਲਾਣੇ ਕੋਲ ਕਿਤਨੇ ਪੈਸੇ ਹਨ, ਦੱਸੋ ਸਾਨੂੰ ਕੀ ਮਤਲਬ ਹੈ। ਪਰ ਨਹੀਂ, ਲੋਕ ਇਸੇ ਗੱਲ 'ਤੇ ਹੀ ਸੜੀ ਜਾਂਦੇ ਹਨ, ਗਿਣੀ ਜਾਂਦੇ ਹਨ, ਪਤਾ ਨਹੀਂ ਕਿੱਥੋਂ ਇਹਦੇ ਕੋਲ ਪੈਸੇ ਆ ਗਏ। ਸਾਡਾ ਕੋਈ ਲੈਣ ਦੇਣ ਨਹੀਂ ਉਹਦੇ ਨਾਲ। ਪਰ ਇਹ ਬਿਰਤੀ ਵੀ ਬੜੀ ਪ੍ਰਧਾਨ ਹੈ। ਆਪਣੇ ਘਰ ਆਪਣੀ ਇਸਤਰੀ ਹੈ, ਸੁੰਦਰ ਹੈ, ਸਭ ਕੁਝ ਠੀਕ, ਫਿਰ ਵੀ ਦੂਜਿਆਂ ਦੀਆਂ ਇਸਤਰੀਆਂ ਮਿਲਦੀਆਂ। ਪਰ ਧਨ, ਪਰ ਤਨ, ਪਰ ਕੀ ਨਿੰਦਾ, ਕੰਮ ਕਿਸੇ ਨੇ ਗਲਤ ਕੀਤਾ, ਫਿਕਰ ਸਾਨੂੰ ਲੱਗਾ ਹੋਇਆ, ਅਸੀਂ ਉਹਦੀ ਮੈਲ ਤੋਂ ਹੀ ਜਾ ਰਹੇ ਹਾਂ। ਤਾਂ ਗੁਰੂ ਪਾਤਸ਼ਾਹ ਸਾਨੂੰ ਆਪਣੇ ਉਪਦੇਸ਼ ਰਾਹੀਂ ਜਦੋਂ ਸਮਝਾਉਣਗੇ, ਨਿੰਦਾ ਭਲੀ ਕਿਸੇ ਕੀ ਨਾਹੀ, ਮਨਮੁਖ ਮੁਗਦ ਕਰਨ, ਮੋਹ ਕਾਲੇ ਤਿਨ ਨਿੰਦਕਾਂ, ਨਰਕੇ ਘੋਰ ਪਵਨ। ਤੋ ਗੱਲ ਕੀ, ਗੁਰੂ ਮਿੱਤਰ ਜੇ ਮਿਲ ਜਾਏ ਉਹ ਸਾਨੂੰ ਸਮਝਾ ਦਿੰਦੇ। ਪਰ ਤ੍ਰੈ ਰੂਪ ਨ ਪੇਖੈ ਨੇਤਰ, ਸਾਧ ਕੀ ਟੈਲ ਸੰਤ ਸੰਗਹੇਤ, ਕਰਨ ਨ ਸੁਣੈ ਕਾਹੂ ਕੀ ਨਿੰਦਾ, ਸਭ ਤੇ ਜਾਣੈ ਆਪਸ ਕੋ ਮੰਦਾ। ਪਰ ਧਨ, ਪਰ ਤਨ, ਪਰ ਕੀ ਨਿੰਦਾ, ਇਨ ਸਿਓ ਪ੍ਰੀਤ ਨਾ ਲੱਗੈ, ਇਹਨਾਂ ਚੀਜ਼ਾਂ ਨਾਲ ਮੇਰੀ ਰੁਚੀ ਨਾ ਲੱਗੇ, ਮੇਰੀ ਪ੍ਰੀਤ ਨਾ ਬਣੇ। ਹੁਣ ਇਹ ਤਾਂ ਗੁਰੂ ਹੀ ਕਰੇਗਾ ਕਿਰਪਾ, ਕਿਉਂਕਿ ਗੁਰੂ ਦੀ ਸੰਗਤ ਕਰਨ ਨਾਲ ਸਾਨੂੰ ਸਮਝ ਆਵੇਗੀ ਬਈ ਤੂੰ ਪਰਾਏ ਧਨ ਤੋਂ ਕੀ ਲੈਣਾ, ਤੂੰ ਪਰਾਏ ਧਨ ਤੋਂ ਕੀ ਲੈਣਾ। ਸਾਰੀ ਗੁਰਬਾਣੀ ਸਾਨੂੰ ਇਹ ਸਮਝਾ ਰਹੀ ਕਿ ਜਦੋਂ ਤੁਸੀਂ ਇਹਨਾਂ ਚੀਜ਼ਾਂ ਵੱਲ ਧਿਆਨ ਦਿਓਗੇ ਤੁਹਾਡੀ ਬਿਰਤੀ ਉਲਟੇ ਪਾਸੇ ਜਾਏ। ਤਾਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ ਪਹਿਲਾਂ ਆਪਣੇ ਅੰਦਰ ਇਹ ਖਿੱਚ ਪੈਦਾ ਹੋਵੇ, ਹੈ ਕੋ ਹੈ ਤੋ ਹਮਰਾ ਮੀਤ, ਕੋਈ ਐਸਾ ਮਿੱਤਰ ਮਿਲੇ ਜਿਹੜਾ ਮੇਰੇ ਅੰਦਰੋਂ ਇਹ ਸਾਰੇ ਵਿਕਾਰ, ਇਹ ਸਾਰੀਆਂ ਭੈੜੀਆਂ ਆਦਤਾਂ ਛੁਡਾ ਦੇ। ਸੰਤਾਂ ਸੰਗ ਸੰਤ ਸੰਭਾਖਨ, ਹਰ ਕੀਰਤਨ ਮਨ ਜਾਗੈ। ਇਹਨੂੰ ਸੰਤੈ ਨਹੀਂ ਕਹਿਣਾ, ਕਿਉਂਕਿ ਸੱਸੇ ਨੂੰ ਸੰਗ ਟਿੱਪੀ ਤੱਤਾ ਹਾਹਾ ਮੁਕਤਾ। ਸੰਤਾਂ ਸੰਗ ਰੱਬ ਦੇ ਪਿਆਰਿਆਂ ਨਾਲ ਮੇਰਾ ਸੰਭਾਖਣ ਹੋਵੇ। ਸੰਭਾਖਣ ਹੁੰਦਾ ਬਚਨਾਂ ਦੀ ਸਾਂਝ ਆਉਣੀ, ਗੱਲਬਾਤ ਹੋਣੀ। ਕਹਿੰਦੇ ਨੇ ਜੇ ਇਹੋ ਜਿਹਾ ਮਿੱਤਰ ਮਿਲ ਜਾਏ, ਸੰਤਾਂ ਸੰਗ
ਸੰਤ ਸੰਭਾਖਨ ਹਰ ਕੀਰਤਨ ਮਨ ਜਾਗੈ। ਹਰੀ ਦੇ ਕੀਰਤਨ ਕਰਨ ਕਰਕੇ ਮਨ ਜਾਗ ਸਕ, ਬਸ ਇਹ ਸੁੱਤਾ ਹੋਇਆ ਮਨ ਜਗਾਉਣਾ ਪਵੇ। ਜਿਨ੍ਹਾਂ 'ਤੇ ਕਿਰਪਾ ਹੋ ਜਾਂਦੀ ਉਹਨਾਂ ਦਾ ਮਨ ਜਾਗ ਪੈਂਦਾ। ਬਾਣੀ ਗੁਰੂ ਜੀ ਕਹਿੰਦੇ ਨੇ, ਜਾਗ ਲਿਓ ਰੇ ਮਨਾ ਜਾਗ ਲਿਓ, ਕਾਂ ਗਾਫਲ ਸੋਇਆ। ਤੂੰ ਸਤਸੰਗਤ ਵਿੱਚ ਆ ਕੇ ਬਾਣੀ ਦਾ ਪਾਠ, ਬਾਣੀ ਦਾ ਕੀਰਤਨ, ਬਾਣੀ ਦੀ ਵਿਚਾਰ ਸੁਣ ਕੇ ਇਹ ਮਨ ਜਾਗ ਪੈਂਦਾ। ਜਾਗਣ ਦਾ ਮਤਲਬ ਇਹ ਭੈੜੇ ਪਾਸਿਓਂ ਹਟ ਜਾਂਦਾ, ਚੰਗੇ ਪਾਸੇ ਲੱਗ ਜਾਂਦਾ। ਗੁਣ ਨਿਧਾਨ ਦਇਆਲ ਪੁਰਖ ਪ੍ਰਭ, ਸਰਬ ਸੁਖ ਦਇਆਲਾ। ਉਹ ਪਰਮਾਤਮਾ ਜੋ ਗੁਣਾਂ ਦਾ ਖਜ਼ਾਨਾ ਹੈ, ਉਹ ਪਰਮਾਤਮਾ ਜੋ ਦਇਆ ਦਾ ਘਰ ਹੈ, ਉਹ ਪਰਮਾਤਮਾ ਜੋ ਹਰ ਜਗ੍ਹਾ 'ਤੇ ਵਿਆਪਕ ਹੈ, ਉਹ ਪਰਮਾਤਮਾ ਜਿਹੜਾ ਸਾਰੇ ਸੁੱਖ ਦੇਣ ਵਾਲਾ ਦਇਆ ਦਾ ਘਰ। ਇਹ ਗੱਲ ਕੌਣ ਦੱਸਦਾ? ਗੁਰੂ ਦੱਸਦਾ। ਗੁਰੂ ਦੀ ਸੰਗਤ ਵਿੱਚ ਆਵਾਂਗੇ, ਗੁਰੂ ਦੀ ਬਾਣੀ ਦੀ ਵਿਚਾਰ ਕਰਾਂਗੇ, ਸਮਝ ਆਵੇਗੀ ਇੱਧਰ ਜਾਣਾ ਇੱਧਰ ਨਹੀਂ ਜਾਣਾ, ਇਹ ਕੰਮ ਠੀਕ ਹੈ ਇਹ ਕੰਮ ਗਲਤ। ਗੁਣ ਨਿਧਾਨ ਦਇਆਲ ਪੁਰਖ ਪ੍ਰਭ, ਸਰਬ ਸੁਖ ਦਇਆਲਾ। ਮੰਗੈ ਦਾਨ ਨਾਮ ਤੇਰੋ ਨਾਨਕ, ਜਿਉਂ ਮਾਤਾ ਬਾਲ ਗੋਪਾਲਾ। ਮੰਗੈ ਦਾਨ ਨਾਮ ਤੇਰੋ ਨਾਨਕ। ਹੁਣ ਇੱਥੇ ਨਾਨਕ ਦੇ ਕੱਕੇ ਨੂੰ ਔਂਕੜ, ਇਹ ਜ਼ਰੂਰ ਧਿਆਨ ਰੱਖਣਾ ਕਿ ਜਿੱਥੇ ਨਾਨਕ ਦਾ ਕੱਕਾ ਮੁਕਤਾ ਹੈ ਉਹ ਨਾਨਕ ਕਵੀ ਦੀ ਮੋਹਰ ਛਾਪ ਹੈ। ਇੱਥੇ ਨਾਨਕ ਦੇ ਕੱਕੇ ਨੂੰ ਔਂਕੜ ਨਾਨਕ ਜੀ ਆਪਣੇ ਲਈ ਕਹਿ ਰਹੇ। ਮੰਗੈ ਦਾਨ ਨਾਮ ਤੇਰੋ ਨਾਨਕ, ਜਿਉਂ ਮਾਤਾ ਬਾਲ ਗੋਪਾਲਾ। ਆਖਿਆ ਜਿਵੇਂ ਛੋਟੇ ਬੱਚੇ ਆਪਣੀ ਲੋੜ ਦੀਆਂ ਚੀਜ਼ਾਂ ਆਪਣੀ ਮਾਂ ਕੋਲੋਂ ਮੰਗਦੇ ਹਨ, ਮੰਮੀ ਮੈਨੂੰ ਆਹ ਚਾਹੀਦਾ, ਮੰਮੀ ਮੈਨੂੰ ਆਹ ਚਾਹੀਦਾ। ਹੇ ਵਾਹਿਗੁਰੂ, ਮੈਂ ਵੀ ਤੁਹਾਡੇ ਕੋਲੋਂ ਤੁਹਾਡੇ ਨਾਮ ਦੀ ਦਾਤ ਮੰਗਦਾ ਹਾਂ, ਮੇਰੇ 'ਤੇ ਕਿਰਪਾ ਕਰੋ। ਤੋ ਸਾਰੇ ਸ਼ਬਦ ਦਾ ਨਿਚੋੜ ਇਹ ਹੈ ਕਿ ਜੇ ਗੁਰੂ ਦੀ ਸੰਗਤ ਵਿੱਚ ਆਵਾਂਗੇ, ਗੁਰੂ ਜੀ ਸਾਨੂੰ ਚੰਗੇ ਪਾਸੇ ਚੱਲਣ ਦੀ ਪ੍ਰੇਰਨਾ ਕਰਨਗੇ। ਕਿਉਂਕਿ ਬਾਣੀ ਵਿੱਚ ਗੁਰੂ ਦੀ ਵਿਆਖਿਆ ਕੀਤੀ, ਸਤਿਗੁਰ ਸਤਿ ਪੁਰਖ ਜਿਨ ਜਾਣੇ ਆ, ਸਤਿਗੁਰ ਤਿਸ ਕਾ ਨਾਉ, ਤਿਸ ਕੇ ਸੰਗ ਸਿੱਖ ਉਧਰੈ, ਨਾਨਕ ਹਰ ਗੁਣ ਗਾਓ। ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ, ਸੇਵਕ ਹੋ ਗੁਰ ਸਦਾ ਦਿਆਲ। ਸਿੱਖ ਕੀ ਗੁਰ ਦੁਰਮਤ ਮਰ ਹਿਰੈ, ਗੁਰਬਚਨੀ ਹਰ ਨਾਮ ਉਚਰੈ। ਸਤਿਗੁਰ ਸਿੱਖ ਕੇ ਬੰਧਨ ਕਾਠੈ, ਗੁਰ ਕਾ ਸਿੱਖ ਵਿਕਾਰ ਤੇ ਹਟੈ। ਤੋ ਸਤਸੰਗਤ, ਮੈਨੂੰ ਤੁਹਾਨੂੰ ਸਾਰਿਆਂ ਨੂੰ ਸ਼ਬਦ ਤੋਂ ਪ੍ਰੇਰਨਾ ਮਿਲਦੀ ਹੈ। ਕੋ ਐਸੋ ਹਮਰਾ ਮੀਤ, ਸਗਲ ਸਮੱਗਰੀ ਜੀਓ ਹਿਓ ਦਿਓ, ਅਰਪੋ ਆਪਣੋ ਚੀਤ ਰਹਾਓ। ਤੋ ਇਹ ਚੀਜ਼ ਮੈਨੂੰ ਗੁਰੂ ਕੋਲੋਂ ਮਿਲ ਸਕਦੀ।
ਤੋ ਸਾਧ ਸੰਗਤ ਇਸ ਪਾਵਨ ਸ਼ਬਦ ਰਾਹੀਂ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਸਾਡੀਆਂ ਉਹ ਸਮੱਸਿਆਵਾਂ ਵੀ ਦੱਸੀਆਂ, ਉਹਨਾਂ ਦਾ ਹੱਲ ਵੀ ਦੱਸਿਆ ਅਤੇ ਇਹ ਵੀ ਤਰੀਕਾ ਦੱਸ ਦਿੱਤਾ ਬਈ ਗੁਰਮੁਖਾਂ ਦੀ ਸੰਗਤ ਕਰੋ, ਗੁਰਮੁਖਾਂ ਨਾਲ ਵਿਚਾਰ ਕਰੋ, ਹਰੀ ਦੇ ਕੀਰਤਨ ਨੂੰ ਕਰੋ ਅਤੇ ਸੁਣੋ, ਇਹ ਸੁੱਤਾ ਹੋਇਆ ਮਨ ਜਾਗ ਪਵੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ